ਹੈਲੋ ਗਾਈਸ, ਵੈਲਕਮ ਟੂ ਆਵਰ ਨਿਊ ਵੀਡੀਓ। ਸੋ ਆਪਾਂ ਅੱਜ ਇਹਦੀ ਅਨਬੋਕਸਿੰਗ ਕਰਦੇ ਹਾਂ ਅਤੇ ਦੇਖਦੇ ਹਾਂ ਇਹਦੇ ਵਿੱਚ ਐਡਾ ਸਪੈਸ਼ਲ ਕੀ ਆ ਅਤੇ ਕੀ ਇਹ ਬਾਏ ਕਰਨ ਜੋਗੀ ਚੀਜ਼ ਹੈ ਕਿ ਨਹੀਂ, ਵਰਥ ਇਟ ਹੈ ਕਿ ਨਹੀਂ। ਸੋ ਸਭ ਤੋਂ ਪਹਿਲਾਂ ਆਪਾਂ ਇਹਦੀ ਅਨਬੋਕਸਿੰਗ ਕਰਦੇ ਹਾਂ ਅਤੇ ਦੇਖਦੇ ਹਾਂ ਇਹਦੇ ਵਿੱਚ ਕੀ ਐਡਾ ਸਪੈਸ਼ਲ ਆ। ਸੋ ਖੋਲਦੇ ਹਾਂ ਡੱਬਾ ਅਤੇ ਦੇਖਦੇ ਹਾਂ। ਸੋ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਆ ਗਿਆ ਜੀ ਆਹ ਸਾਡਾ ਮੇਨ ਪ੍ਰੋਜੈਕਟਰ, ਨਾਲ ਇੱਕ ਬੋਕਸ ਆਉਂਦਾ ਆ। ਸੋ ਉਹਦੇ ਨਾਲ ਇੱਕ ਬੋਕਸ ਆਉਂਦਾ ਹੈ, ਬੋਕਸ ਆਪਾਂ ਬਾਅਦ 'ਚ ਦੇਖਦੇ ਹਾਂ, ਪਹਿਲਾਂ ਪ੍ਰੋਜੈਕਟਰ ਦਾ ਦੇਖਦੇ ਹਾਂ ਕਿੱਦਾਂ ਦਾ ਬਣਦਾ ਵਾ। ਸੋ ਇਹਦੀ ਫੋਮ ਲਾਉਂਦੇ ਹਾਂ ਪਹਿਲਾਂ ਅਤੇ ਇਹਦਾ ਕਵਰ ਜਿਹਾ ਚੱਕ ਕੇ ਪਰਾਂ ਮਾਰਦੇ ਹਾਂ, ਫਿਰ ਦੇਖਦੇ ਹਾਂ। ਕਹਿੰਦੇ ਰੋਜ਼ਸ ਆਰ ਰੈੱਡ, ਸਕਾਈ ਇਜ਼ ਬਲੂ, ਆਈ ਥਿੰਕ ਵਾਈਟ ਪ੍ਰੋਜੈਕਟਰ, ਆਈ ਲਾਈਕ ਯੂ। ਸੋ ਆਹ ਆ ਗਿਆ ਜੀ ਸਾਡਾ ਮੇਨ ਡਿਵਾਈਸ ਅਤੇ ਇਹਦਾ ਦੇਖੋ ਪਹਿਲਾਂ ਆਪਾਂ ਐਡਜਸਟੇਬਲ, ਮਤਲਬ 180 ਡਿਗਰੀ ਮੂਵ ਹੋ ਜਾਂਦਾ, ਤਾਂ ਠਾ ਜਿੱਦਣ ਮਰਜ਼ੀ ਲੈ ਜਾਓ। ਸੋ ਇਹਦੇ ਵਿੱਚ ਆਉਂਦਾ ਇੱਕ HDMI, ਇੱਕ ਪਾਵਰ ਕੇਬਲ, ਇੱਕ USB ਦਾ ਪਾਵਰ ਬਟਨ ਹੁੰਦਾ ਅਤੇ ਇਹਦੇ ਵਿੱਚ ਆਪਾਂ ਪਾਵਰ ਸਾਕਟ ਲਾਉਣਾ ਹੁੰਦਾ ਆ। ਅਤੇ ਜਿਹੜਾ ਟੋਪ ਦੇ ਆ ਇਹ ਹੈਗਾ ਇਹਦਾ ਸਪੀਕਰ, ਬਿਲਟਨ ਸਪੀਕਰ ਵੀ ਆਉਂਦਾ ਇਹਦੇ ਵਿੱਚ। ਸੋ ਹੈ ਤਾਂ ਕੰਮ ਦੀ ਚੀਜ਼ ਆ ਪੂਰੀ ਪੂਰੀ। ਅਤੇ ਆਹ ਲੈਂਸ ਹੁੰਦਾ ਇਹਦਾ ਜਿਹਦੇ ਨਾਲ ਤੁਸੀਂ ਆਪਣਾ ਫੋਕਸ ਵਧਾ ਘਟਾ ਸਕਦੇ, ਜਿੰਨਾ ਕਲੈਰਿਟੀ ਵੱਧਦੀ ਘੱਟਦੀ ਆ। ਸੋ ਐਡਜਸਟੇਬਲ ਆ, ਘੈਂਟ ਆ। ਸੋ ਇਹਨੂੰ ਰੱਖਦੇ ਪਰ ਫਿਰ ਦੇਖਦੇ ਹਾਂ ਆਪਾਂ ਡੱਬੇ ਦੇ ਵਿੱਚ ਕੀ ਨਿਕਲਦਾ ਹੈ। ਸੋ ਲੈਟਸ ਪਿੱਕ ਦਾ ਬਾਕਸ, ਲੱਸੀ ਵਟਸ ਇਨਸਾਈਡ। ਸੋ ਫਲਿਪ ਇਟ ਅਪ, ਸੋ ਸਾਰਾ ਕੁਝ ਜਿਹੜਾ ਬਾਹਰ ਕੱਢਦੇ ਹਾਂ, ਕਿਉਂਕਿ ਦੂਜੀ ਤਰ੍ਹਾਂ ਤਾਂ ਸਾਨੂੰ ਕੱਢਣਾ ਤਾਂ ਆਉਂਦਾ ਨਹੀਂ, ਇੱਦਾਂ ਹੀ ਸਹੀ, ਚਲੋ ਧੱਕਾ ਹੀ। ਐਂਡ ਹੇਅਰ ਵੀ ਗੋ, ਆਹ ਆ ਗਿਆ ਜੀ ਸਾਡਾ ਸਾਰਾ ਸੰਦ ਭਾਂਡਾ ਅੰਦਰ ਦਾ। ਇੱਕ ਉਹ ਅਜੇ ਹੋਰ ਵੀ ਪਿਆ ਹੈ, ਅੱਛਾ ਹੁਣ ਨਿਕਲਿਆ। ਸੋ ਐਨੀਵੇ, ਸੋ ਆਹ ਆ ਗਿਆ ਜੀ ਇਹਦਾ ਕੰਟਰੋਲਰ, ਜਿਹੜਾ ਮੇਨ ਆਪਾਂ ਜਿਹਦੇ ਨਾਲ ਗੇਮਾਂ ਗੁੰਮਾਂ ਖੇਡਣੀਆਂ ਵਾ। ਅਤੇ ਕੰਟਰੋਲਰ ਹੈ ਤਾਂ ਵਧੀਆ ਵੈਸੇ, ਸੋ ਜੋਇਸਟਿਕ ਵੀ ਵਧੀਆ ਇਹਦਾ। ਐਂਡ ਇਹਦਾ ਲਿਫਾਫਾ, ਦੂਜਾ ਕੰਟਰੋਲਰ ਆ ਗਿਆ ਜੀ, ਦੋ ਕੰਟਰੋਲਰ ਇਹਦੇ ਇਹਦੇ ਨਾਲ ਆਉਂਦੇ ਆ। ਅਤੇ ਇੱਕ ਆਹ ਜਿਹੜਾ ਪਾਵਰ ਡਿਵਾਈਸ ਆਪਣਾ USB, ਜਿਹਦੇ ਵਿੱਚ ਗੇਮਾਂ ਭਰੀਆਂ, ਘੈਂਟ ਘੈਂਟ 36,000 ਗੇਮਾਂ ਇਹਦੇ ਵਿੱਚ ਹੀ ਭਰੀਆਂ ਵਾ। ਸੋ ਇਹਦੇ ਬਿਨਾਂ ਤਾਂ ਕੁੱਖ ਨਹੀਂ ਚੱਲਣਾ। ਸੋ ਇਹਨੂੰ ਆਪਾਂ ਸਾਂਭ ਕੇ ਰੱਖਦੇ ਹਾਂ ਪਹਿਲਾਂ। ਸੋ ਸਾਡਾ ਮੇਨ ਰਿਮੋਟ ਜਿਹਦੇ ਨਾਲ ਔਨ ਆਫ ਕਰਨਾ, ਅਤੇ ਆ ਗਈ ਜੀ ਸਾਡੀ ਪਾਵਰ ਕੇਬਲ, ਅਤੇ ਆਹ ਸਾਰਾ ਸਮਾਨ ਇਨਸਾਈਡ ਦਾ ਪ੍ਰੋਜੈਕਟਰ ਹੈਗਾ ਆ। ਅਤੇ ਲੈਟਸ ਸੀ ਕੀ ਹੁਣ ਕਿੱਦਾਂ ਦੀ ਆਊਟਕਮ ਨਿਕਲਦੀ ਆ ਅਤੇ ਕੀ ਇਹਦੇ ਵਿੱਚ ਸਪੈਸ਼ਲ ਆ। ਸੋ ਇਹਨੂੰ ਆਪਾਂ ਕਰ ਲਿਆ ਜੀ ਟਰਨ ਔਨ। ਸੋ ਸਭ ਤੋਂ ਪਹਿਲਾਂ ਤਾਂ ਇਹਦੀ ਜਿਹੜੀ ਐਡਜਸਟਮੈਂਟ ਕਰਨੀ ਪੈਂਦੀ ਆ ਸਕਰੀਨ ਦੀ, ਸੋ ਇਹ ਵਧਾ ਘਟਾ ਸਕਦੇ ਜੀ ਆਪਣਾ ਸਾਈਜ਼ ਆਪਣੇ ਅਕੋਰਡਿੰਗਲੀ। ਸੋ ਆਹ ਹੋ ਗਈ ਜਿਹੜੀ ਐਡਜਸਟ ਸਕਰੀਨ, ਅਤੇ ਆਹ ਸਾਰਾ ਮੈਨਿਊ ਮੇਨ ਜਿਹੜਾ ਹੋਮ ਸਕਰੀਨ ਹੈਗੀ ਆ, ਇੱਦਾਂ ਦਾ ਇੰਟਰਫੇਸ ਤੁਹਾਡੇ ਸਾਹਮਣੇ ਵੀ ਆਜੂਗਾ। ਐਂਡ ਵਾਹਵਾ ਸਾਰੇ ਐਪ ਹੈਗੇ ਇਹਦੇ ਵਿੱਚ, ਬੇਸਿਕਲੀ ਯੂਟਿਊਬ, ਨੈੱਟਫਲਿਕਸ ਵਗੈਰਾ, ਡਿਜ਼ਨੀ ਪਲੱਸ। ਸੋ ਸਭ ਨੂੰ ਪਹਿਲਾਂ ਯੂਟਿਊਬ ਟੈਸਟ ਕਰਦੇ ਹਾਂ। ਸੋ ਯੂਟਿਊਬ ਦੀ ਕੁਆਲਿਟੀ ਬੜੀ ਵਧੀਆ, ਹਾਲਾਂਕਿ ਇਹ ਡੇ ਲਾਈਟ ਦੇ ਵਿੱਚ ਆਪਾਂ ਯੂਜ਼ ਕਰਨ ਡੇ ਆ, ਪ੍ਰੋਪਰ ਡੇ ਲਾਈਟ ਦੇ, 12-12 ਵਜੇ ਆ। ਸੋ ਨੈੱਟਫਲਿਕਸ ਵੀ ਇਹਦੇ ਵਿੱਚ ਚੱਲਦਾ ਹੈ, ਬਸ ਲੌਗਇਨ ਨਹੀਂ ਕੀਤਾ ਮੈਂ, ਤਾਂ ਕਰਕੇ ਮੇਰਾ ਨਹੀਂ ਚੱਲਿਆ, ਅਦਰਵਾਈਜ਼ ਨੈੱਟਫਲਿਕਸ ਵੀ ਚੱਲਦਾ ਪੂਰਾ। ਸੋ ਜਿਹੜਾ ਮਰਜ਼ੀ ਐਪ ਇਹਦੇ ਵਿੱਚ ਡਾਊਨਲੋਡ ਕਰ ਲਓ। ਅਤੇ ਹੁਣ ਵਾਰੀ ਆ ਗਈ ਜੀ ਸਾਡੀ ਗੇਮਾਂ ਦੀ, ਅਤੇ ਆਹ ਕੰਟਰੋਲਰ ਆਪਣਾ, ਇਹਦੇ ਵਿੱਚੋਂ ਦੀ ਆਪਾਂ ਸਵਿੱਚ ਕਰਨਾ ਔਨ, ਇਹਦੇ ਥੱਲੇ ਸਵਿੱਚ ਲੱਗਾ ਹੁੰਦਾ ਬੇਸਿਕਲੀ। ਸੋ ਆਹ ਹੋ ਗਿਆ ਜੀ ਔਨ, ਜਦੋਂ ਗ੍ਰੀਨ ਲਾਈਟ ਆ ਜੇ ਫਿਰ ਸਮਝ ਲਓ ਪੇਅਰ ਹੋ ਗਿਆ। ਸੋ 36,000 ਦੇ ਵਿੱਚ ਮੇਰੀ ਫੇਵਰੇਟ ਹੈਗੀ ਮਾਰੀਓ ਬਰੋਸ। ਸੋ ਆਪਾਂ ਖੇਡ ਕੇ ਵੇਖਦੇ ਹਾਂ ਕਿੱਦਾਂ ਵਾ। ਸੋ ਮਾਰੀਓ ਬਰੋਸ ਲੱਗਣ ਤਾਂ ਘੈਂਟ ਡਈ ਆ, ਆਈ ਮੀਨ ਮੈਨੂੰ ਤਾਂ ਆਪਣੇ ਬਚਪਨ ਦਾ ਚੇਤਾ ਆ ਗਿਆ, ਜਦੋਂ ਮੈਂ ਨਿੱਕੇ ਹੁੰਦਿਆਂ ਮੇਰੇ ਘਰਦਿਆਂ ਨੇ ਮੈਨੂੰ ਪਹਿਲੀ ਗੇਮ ਲੈ ਕੇ ਦਿੱਤੀ ਸੀ। ਸੋ ਆਹੀ ਸੀਗੀ ਉਹ ਪਹਿਲੀ ਗੇਮ ਜਿਹੜੀ ਮੈਂ ਖੇਡੀ ਆ TV ਦੇ ਵਿੱਚ। ਸੋ ਇਹਦੇ ਨਾਲ ਜ਼ਿਆਦਾ ਤਾਂ ਕੁਛ ਨਹੀਂ, ਚਲੋ ਆਪਣੇ ਬਚਪਨ ਦਾ ਚੇਤਾ ਆ ਜਾਂਦਾ ਬੰਦੇ ਨੂੰ, ਉਨੀ ਬੜੀ ਗੱਲ ਹੁੰਦੀ ਆ। ਤੇਰੇ ਨਾਲ ਹੋਰ ਵੀ ਕਾਫੀ ਗੇਮਾਂ ਆਉਂਦੀਆਂ ਵਾ ਜਿਹੜੀਆਂ ਆਪਾਂ ਹੋਣਗੀਆਂ ਅਗਲੀ ਵੀਡੀਓ ਦੇ ਵਿੱਚ ਆਪਾਂ ਸ਼ੇਅਰ ਕਰਾਂਗੇ। ਸੋ ਆਹ ਮੇਨ ਆਊਟਕਮ ਆ ਜੀ। ਸੋ ਤੁਸੀਂ ਦੇਖ ਸਕਦੇ ਜੇ ਪ੍ਰੋਜੈਕਟਰ ਵੀ ਘੈਂਟ ਆ, ਨਾਲ ਨਾਲ ਮਾਰੀਓ ਖੇਡਣ ਦਾ ਵੀ ਪੂਰਾ ਪੂਰਾ ਸਵਾਦ ਆ। ਸੋ ਇੱਕ ਹੋਰ ਗੇਮ ਜਿਹੜੀ ਸਾਰਿਆਂ ਦੀ ਫੇਵਰੇਟ ਆ, ਉਹ ਹੁੰਦੀ ਆ ਜੀ
ਕਾਊਂਟਰ ਆ, ਲੱਭਣ ਦੀ ਟਰਾਈ ਕੀਤੀ, ਇੱਦਾਂ ਨਹੀਂ ਲੱਭੀ, ਸਰਚ ਕਰਨੀ ਪੈਣੀ ਆਪਾਂ ਨੂੰ। ਪਰ ਚੈੱਕ ਕਰੋ 36,000 ਗੇਮਸ ਆ, ਰੋਜ਼ ਦੀ ਇੱਕ ਵੀ ਖੇਡੋਗੇ ਤਾਂ 36,000 ਦਿਨ ਨਹੀਂ ਮੁੱਕਣੀ ਆ। ਸੋ ਇਸ ਤੋਂ ਬਾਅਦ ਮੈਂ ਕਾਊਂਟਰ ਲੱਭੀ, ਅਤੇ ਕਾਊਂਟਰ ਤਾਂ ਯਾਰ ਘੈਂਟ ਹੀ ਆ, ਕਾਊਂਟਰ ਦੀਆਂ ਤਾਂ ਰੇਸਾਂ ਨਹੀਂ ਸੀ। ਸੋ ਆਹ ਚੱਲ ਗਈ ਜੀ ਸਾਡੀ ਮੇਨ ਕਾਊਂਟਰ, ਅਤੇ ਇਹਨੂੰ ਮੈਂ ਘੱਟੋ ਘੱਟ ਵੀ 40-50 ਮਿੰਟ ਮੁੜ ਕੇ ਖੇਡਿਆ। ਅੱਜ ਵੀ ਉਨਾ ਹੀ ਸਵਾਦ ਆ ਜਿੰਨਾ ਪਹਿਲਾਂ ਸੀਗਾ ਨਿੱਕੇ ਹੁੰਦਿਆਂ, ਭਾਵੇਂ ਏਜ ਵੱਧ ਘੱਟ ਗਈ ਆ ਪਰ ਹੈ ਵਾ। ਸੋ ਇਨ ਸ਼ੋਰਟ ਪ੍ਰੋਜੈਕਟਰ ਬੜਾ ਵਰਥ ਇਟ ਆ, ਤੁਸੀਂ ਆਪਣਾ ਟੀ ਵੀ ਵੀ ਵੇਖ ਸਕਦੇ ਇਹਦੇ ਨਾਲ, ਅਤੇ ਗੇਮਾਂ ਵੀ ਖੇਡ ਸਕਦੇ ਜਿਸ ਵੇ 2-in-1 ਆ। ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ, ਕਿਉਂਕਿ ਹੁਣ ਵਲੋਗ ਅਸੀਂ ਰੈਗੂਲਰ ਅਪਲੋਡ ਕਰਿਆ ਕਰਦੇ ਹਾਂ ਅਤੇ ਉਹ ਵੀ ਘੈਂਟ ਘੈਂਟ ਹੋਣਗੇ।